बेमौसमी मीह ते गड़ेमारी कारण बर्बाद हुईयां फसलां दी गिरदावरी करन लई पटवारी ही नहीं पहुंचिया। कणक दी फसल पूरी तरह बदरंग हो चुकी है। बठिंडा दे पिंड बेड बहमन च किसानां ने इल्जाम लगाए ने कि बेमौसमी मीह कारण किसानां दा भारी नुकसान होया। सरकार वल्लों भी कहा जा रहा है कि हर इलाके च गिरदावरी की जा रही है ते किसानां दीआं नुकसानियां फसलां दा भी उन्हां नूं मुआवजा दिता जाएगा, पर उधर ही हाले तक उन्हां दे पिंड गिरदावरी ही नहीं की गई, जिस कारण किसान काफी निराश विखाई दिते ने। किसान ने सरकार नूं अपील की है कि वह पटवारियों नूं सख्त हदायतां जारी करन तां जो उन्हां दीआं नुकसानियां फसलां दा उन्हां नूं मुआवजा मिल सके। ਵੀ ਇੱਕ ਤਾਂ ਜਿਹੜੀ ਸੜਕ ਦੀ ਕਣਕ ਦੀ ਖਰੀਦ ਆ ਉਹ ਸਹੀ ਹੋ ਜਾਏ, ਇਹ ਨਾ ਵੀ ਡਿਸਕਲਰ ਆ ਤੇ ਮਤਲਬ ਉਹਦੇ ਕੋਈ ਮਤਲਬ ਸਾਨੂੰ ਬੱਟਾ ਲਾਵੇ ਸਰਕਾਰ, ਜਾਏ ਮਤਲਬ ਘੱਟ ਰੇਟ 'ਤੇ ਖਰੀਦੀ ਜਾਊਗੀ, ਮੰਡੀਆਂ ਦੇ ਵਿੱਚ ਰੌਲਾ ਪਵੇ, ਫਿਰ ਸਾਨੂੰ ਸੰਘਰਸ਼ ਕਰਨਾ ਪੈਣਾ। ਅਸੀਂ ਤਾਂ ਬੇਨਤੀ ਕਰਦੇ ਇੱਕ ਤਾਂ ਸਾਡੇ ਗਰਦੌਰੀ ਕੀਤੀ ਜਾਵੇ, ਜੋ ਪਟਵਾਰੀ ਸਾਹਿਬ ਪਹੁੰਚੇ ਨਹੀਂ ਪਿੰਡ ਬੀੜ ਬਹਿਮਣ, ਜੋ ਡਿੱਗੀਆਂ ਕਣਕਾਂ ਅਤੇ ਕਣਕਾਂ ਬਰੀਕ ਨੇ ਉਹਨਾਂ ਦਾ ਡਿਸਕਲਰ ਕਣਕ ਹੈ, ਉਹਨਾਂ ਦਾ ਵੀ ਉਹੀ ਰੇਟ ਸਾਨੂੰ ਮਤਲਬ ਮੰਡੀਆਂ 'ਚ ਮਿਲਣਾ ਚਾਹੀਦਾ ਤਾਂ ਕਿ ਸਾਨੂੰ ਸੰਘਰਸ਼ ਨਾ ਕਰਨਾ ਪਵੇ। ਪਟਵਾਰੀਆਂ ਨੂੰ ਜਿਹੜੀ ਭੇਜਣ ਦੀ ਜ਼ਿੰਮੇਵਾਰੀ ਸਰਕਾਰ ਨੇ ਅੱਜ 15 ਦਿਨ ਹੋ ਗਏ ਐਲਾਨ ਕੀਤੇ ਨੂੰ, ਪਰ ਸਾਡੇ ਪਿੰਡ ਪਟਵਾਰੀ ਕੋਈ ਨਹੀਂ ਗਿਆ ਜੀ। ਅਸੀਂ ਤਾਂ ਬੇਨਤੀ ਕਰਦੇ ਹਾਂ, ਡਿਪਟੀ ਸਾਹਿਬ ਨੂੰ ਬੇਨਤੀ ਕਰਦੇ ਹਾਂ, ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਕਣਕ ਦਾ ਹੁਣ ਵਾਢੀ ਸ਼ੁਰੂ ਹੋ ਗਈ ਜੀ, 5-10 ਦਿਨਾਂ ਤੱਕ ਕਣਕ ਨੇ ਸਾਰੀ ਨੇ ਕੱਟੀ ਜਾਣਾ, ਉਦੋਂ ਬਾਅਦ ਕੀ ਗਰਦੌਰੀਆਂ ਕਰਨਗੇ ਜੀ, ਕੀ ਪਤਾ ਲੱਗੂ ਕਿਹੜੀ ਕਣਕ ਚੰਗੀ ਹੈ ਮਾੜੀ ਹੈ ਕਿਹੜੀ ਡਿੱਗੀ ਹੈ ਜੀ। ਹੁਣ ਟਾਈਮ 'ਤੇ ਸਾਡੀ ਗਰਦੌਰੀ ਕੀਤੀ ਜਾਵੇ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।